ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਵੀਰ ਇਸ ਅਹਿਮ ਮੁੱਦੇ 'ਤੇ ਜੁੜ ਰਹੇ ਨੇ, ਸਾਰਿਆਂ ਨੂੰ ਬੇਨਤੀ ਆ ਵੀ ਇਹਨੂੰ ਆਪਾਂ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਤਾਂ ਕਿ ਆਪਾਂ ਹੋਰ ਸੰਗਤ ਤੱਕ ਵੀ ਜਿਹੜੇ ਆਪਾਂ ਗੱਲ ਕਰ ਰਹੀ ਹਾਂ ਉਹਨੂੰ ਪਹੁੰਚਾ ਸਕੀਏ, ਅਤੇ ਇਹਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ, ਫੇਸਬੁੱਕ ਗਰੁੱਪਾਂ ਦੇ, ਵਟਸਐਪ ਗਰੁੱਪਾਂ ਦੇ ਵਿੱਚ ਇਹਨੂੰ ਸ਼ੇਅਰ ਕਰ ਦਿਓ ਜੀ, ਤਾਂ ਕਿ ਆਪਾਂ ਹੋਰ ਸੰਗਤ ਨੂੰ ਵੀ ਜਿਹੜੀ ਗੱਲ ਕਰਨੀ ਆ ਉਹ ਕਰ ਸਕੀਏ। ਇੱਕ ਆਪਾਂ ਕੱਲ੍ਹ ਗੱਲ ਕੀਤੀ ਸੀ ਬਹਿਬਲ ਕਲਾਂ ਜਾ ਕੇ, ਅਸੀਂ ਬੜੀ ਗੰਭੀਰਤਾ ਦੇ ਨਾਲ ਕੌਮੀ ਫਰਜ਼ਾਂ ਨੂੰ ਸਮਝਦੇ ਹੋਏ ਕੌਮੀ ਫਰਜ਼ਾਂ ਨੂੰ ਸਮਝਦੇ ਹੋਏ ਬੜੀ ਗੰਭੀਰਤਾ ਦੇ ਨਾਲ ਪਿਛਲੇ 6 ਦਿਨਾਂ ਤੋਂ ਇਸ ਮਸਲੇ 'ਤੇ ਲੱਗੇ ਹੋਏ ਹਾਂ। ਕੱਲ੍ਹ ਬਾਈਬਲ ਕਲਾਂ ਤੋਂ ਜਾ ਕੇ ਉੱਥੇ ਗੱਲਬਾਤ ਕੀਤੀ, ਲਾਈਵ ਹੋਏ, ਉਹ ਸਾਰਾ ਸਿਸਟਮ ਦੇਖਿਆ। ਹੁਣ ਮਾਮਲੇ ਦੀ ਸੱਚਾਈ ਜਾਣਨ ਲਈ ਕੁਛ ਸੋਰਸ ਦੇ ਰਾਹੀਂ ਕੁਛ ਗੱਲਾਂ ਸਾਹਮਣੇ ਲਿਆਉਂਦੀਆਂ ਨੇ। ਸਾਰੇ ਭਰਾ ਜਿਹੜੇ ਜੁੜ ਰਹੇ ਆ ਉਹਨਾਂ ਨੂੰ ਬੇਨਤੀ ਆ ਵੀ ਦੋ ਚਾਰ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਜਿਹੜੀ ਬੇਅਦਬੀ ਆ ਨਾ, ਅਸਲ ਦੇ ਵਿੱਚ ਇਹ ਏਜੰਸੀਆਂ ਚਾਹੁੰਦੀਆਂ ਸੀ ਵੀ ਜਿਹੜੀ ਬੇਅਦਬੀ ਦੀ ਖਬਰ ਆ ਜਾਂ ਬੇਅਦਬੀ ਦੀ ਘਟਨਾ ਗੀ ਉਹਨੂੰ ਲੋਕ ਇਸ ਤਰ੍ਹਾਂ ਪੜ੍ਹਿਆ ਕਰਨ, ਇਸ ਤਰ੍ਹਾਂ ਸੁਣਿਆ ਕਰਨ ਜਿਵੇਂ ਕੋਈ ਐਕਸੀਡੈਂਟ ਦੀ ਖਬਰ ਹੁੰਦੀ ਆ ਜਾਂ ਆਪਾਂ ਨਿੱਕੀਆਂ ਮੋਟੀਆਂ ਖਬਰਾਂ ਪੜ੍ਹ ਕੇ ਭੁੱਲ ਜਾਂਦੇ ਹਾਂ, ਉਵੇਂ ਦੀਆਂ ਖਬਰਾਂ ਲੋਕ ਸਰਕਾਰ ਅਤੇ ਏਜੰਸੀਆਂ ਬਣਾਉਣਾ ਚਾਹੁੰਦੀਆਂ ਸੀ। ਅਤੇ ਉੱਦਾਂ ਹੋਣ ਲੱਗ ਗਿਆ 2015 ਜਦੋਂ 1 ਜੂਨ ਨੂੰ 2015 ਨੂੰ ਸਰੂਪ ਚੋਰੀ ਹੁੰਦਾ ਬੁਰਜ ਜਵਾਹਰ ਸਿੰਘ ਵਾਲੇ ਤੋਂ, ਉਹ ਤੋਂ ਬਾਅਦ ਇਹ ਹਾਲਾਤ ਸ਼ੁਰੂ ਹੋ ਗਏ। ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਸ਼੍ਰੋਮਣੀ ਕਮੇਟੀ ਵਾਲੇ ਮਾਮਲੇ ਦੇ ਵਿੱਚ ਹੋਇਆ, ਇੱਕ ਗੱਲ ਸਾਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਆ, ਸਪਸ਼ਟ ਗੱਲ ਆ ਵੀ ਘਪਲਾ ਹੋਇਆ, ਬੇਅਦਬੀ ਨਹੀਂ ਹੋਈ। ਜਾਣ ਬੁੱਝ ਕੇ ਬੇਅਦਬੀ ਬਣਾਉਣ ਦੀ ਕੋਸ਼ਿਸ਼ ਨਾ ਕਰੀਏ, ਘਪਲਾ ਜ਼ਰੂਰ ਕੀਤਾ। ਉਸ ਘਪਲੇ ਦੇ ਮਾਮਲੇ ਦੇ ਵਿੱਚ ਕੁਝ ਸਾਧਨਾਂ ਦੇ ਰਾਹੀਂ ਅਸੀਂ ਇਹਨਾਂ ਮਾਮਲਿਆਂ ਦੀ ਗੰਭੀਰਤਾ ਦੇ ਵਿੱਚ ਕੁਝ ਗੱਲਾਂ ਅਸੀਂ ਕੱਢ ਕੇ ਲਿਆਂਦੀਆਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮੇਰੀ ਬੇਨਤੀ ਹੈ ਵੀ ਸਾਰੇ ਵੀਰ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਅਤੇ ਆਪਾਂ ਸੰਗਤ ਨੂੰ ਸੁਚੇਤ ਕਰ ਸਕੀਏ। ਹੋਇਆ ਕਿ ਵੀ ਪਬਲੀਕੇਸ਼ਨ ਡਿਪਾਰਟਮੈਂਟ ਦਾ ਜਿਹੜਾ ਹੈੱਡ ਸੀ ਉਹ ਸੀ ਕਮਲਜੀਤ ਸਿੰਘ। ਕਮਲਜੀਤ ਸਿੰਘ ਹੋਰਾਂ ਨੇ ਜਿੱਥੇ ਮੰਨ ਕੇ ਚੱਲੋ ਜਿਹੜੀ ਦਰਸ਼ਨ ਗੁਰੂ ਸਾਹਿਬ ਦੇ ਜਦੋਂ ਜਿਹੜਾ ਸਰੂਪ ਲੈ ਕੇ ਜਾਂਦੇ ਆ ਉਹਦੀ ਜਿਹੜੀ ਭੇਟ ਆ ਗਈ ਸਤਿਕਾਰ ਵਜੋਂ 2100 ਰੁਪਏ ਰੱਖੀ ਗਈ ਆ। ਜਿਹੜੇ ਸ਼ਰਧਾਵਾਨ ਸਿੱਖ ਸੀ ਜਾਂ ਗੁਰੂ ਸਾਹਿਬ ਨੂੰ ਚਲੋ ਕਹਿੰਦਾ ਵੀ ਇੱਥੇ ਹੋਰ ਵੀ ਸੇਵਾਵਾਂ ਚੱਲਦੀਆਂ, ਹੋਰ ਵੀ ਖਰਚੇ ਆ, ਕਿਸੇ ਨੇ 10,000 ਦੇ ਕੇ ਸਰੂਪ ਲੈਣਗੇ ਨੇ, 20,000 ਦੇਣਾ, ਹੋ ਸਕਦਾ ਕੋਈ 50 ਵੀ ਦੇ ਜਾਂਦਾ ਹੋਵੇ। ਜਿਹੜੀ ਜ਼ਿਆਦਾ ਭੇਟਾ ਵਾਲੇ ਮਾਮਲੇ ਹੁੰਦੇ ਸੀਗੇ ਉਹਨਾਂ ਮਾਮਲਿਆਂ 'ਤੇ ਕਮਲਜੀਤ ਸਿੰਘ ਹੋਰੀ ਪਰਚੀਆਂ ਹੀ ਨਹੀਂ ਕੱਢਦੇ ਸੀ, ਰਿਕਾਰਡ ਦੇ ਵਿੱਚ ਰਜਿਸਟਰ ਦੇ ਵਿੱਚ ਚੜਾਉਂਦੇ ਨਹੀਂ ਸੀ। ਕਮਲਜੀਤ ਸਿੰਘ ਨੇ 5,70,000 ਰੁਪਏ ਦਾ ਘਪਲਾ ਕੀਤਾ। ਕਮਲਜੀਤ ਸਿੰਘ ਦੀ ਆ ਗਈ ਦੂਜੀ ਰਿਟਾਇਰਮੈਂਟ,
ਰਿਟਾਇਰਮੈਂਟ ਜਦੋਂ ਆ ਗਈ ਉਹਨਾਂ ਦੀ ਤਾਂ ਉਹਨਾਂ ਨੇ ਜਿਹੜਾ ਆਪਦਾ ਸਾਰਾ ਕਾਰਜਕਾਲ ਦੇ ਦੌਰਾਨ ਹੁੰਦਾ ਉਹਦਾ ਹਿਸਾਬ ਕਲੀਅਰ ਕਰਨਾ ਹੁੰਦਾ। ਜਦੋਂ ਹਿਸਾਬ ਕਲੀਅਰ ਕਰਨਾ ਹੁੰਦਾ ਤਾਂ ਜਿਹੜੇ ਉਹਨਾਂ ਦੇ ਫੰਡ ਵਗੈਰਾ ਸਾਰਾ ਬਚਿਆ ਹੁੰਦਾ। ਇਹਨੇ ਰਿਟਾਇਰ ਹੋਣਾ ਸੀ ਅਤੇ ਪ੍ਰਬੰਧਕਾਂ ਨੇ ਇਹਨਾਂ ਨੂੰ ਕਿਹਾ, ਸਕੱਤਰ ਸਾਹਿਬ ਹੋਰਾਂ ਨੇ, ਵੀ ਭਾਈ ਤੁਹਾਡੇ ਕਾਰਜਕਾਲ ਦੇ ਦੌਰਾਨ 570,700 ਕੁਛ ਰੁਪਈਆਂ ਦਾ ਵਾਧਾ ਘਾਟਾ ਹੋ ਰਿਹਾ, ਇਹਦਾ ਕੀ ਸਿਸਟਮ ਆ? ਪਹਿਲਾਂ ਇਹਨੇ ਗੱਲ ਰਾਹ ਨਹੀਂ ਪਾਈ। ਜਦੋਂ ਇਸ ਬੰਦੇ 'ਤੇ ਦਬਾਅ ਬਣਿਆ ਤਾਂ ਇਸ ਬੰਦੇ ਨੇ ਗੱਲ ਕਲੀਅਰ ਕਰਤੀ ਵੀ ਆਹ ਹੋਇਆ, ਇਹਨਾਂ ਨੇ ਕੀਤਾ ਵੀ ਸਰੂਪ ਕਿਵੇਂ ਇਹਨਾਂ ਨੇ ਕੀਤੇ ਸਾਰੇ, ਵੀ ਕਿਵੇਂ ਬਿਨਾਂ ਰਿਕਾਰਡ 'ਚ ਚੜ੍ਹਾਏ ਸਰੂਪੇ ਦਿੰਦੇ ਰਹੇ, ਇਹਨਾਂ ਲੈਜਰ ਦੇ ਵਿੱਚ ਨਹੀਂ ਚੜ੍ਹਾਏ। ਉਸ ਮਾਮਲੇ ਦੇ ਵਿੱਚ ਇਹਦੇ ਚਾਰ ਬੰਦੇ ਭਾਗੀਦਾਰ, ਜਿਹੜੀ ਜਾਂਚ ਹੋਈ ਜਾਂ ਕਮੇਟੀ ਹੋਈ ਜਿਹਦੇ ਲਈ ਅਸੀਂ ਸਿੰਘ ਸਾਹਿਬ ਨੂੰ ਵੀ ਮਿਲੇ ਹਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵੀ ਇੱਕ ਤਰੀਕੇ ਨਾਲ ਦਬਾਅ ਬਣਾ ਰਹੇ ਹਾਂ ਵੀ ਉਹ ਰਿਪੋਰਟ ਜਨਤਕ ਕਰਕੇ ਸੰਗਤ ਨੂੰ ਸਾਰੀ ਸੱਚਾਈ ਦੱਸੀ ਜਾਵੇ, ਕਿਉਂਕਿ ਜਿੰਨਾ ਚਿਰ ਅਸੀਂ ਸੱਚਾਈ ਨਹੀਂ ਦੱਸਦੇ ਸੰਗਤ ਨੇ ਵੀ ਗੁੰਮਰਾਹ ਹੁੰਦੇ ਰਹਿਣਾ ਅਤੇ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਮਾਮਲੇ ਦੇ ਵਿੱਚ ਬਲੀ ਦੇ ਬੱਕਰੇ ਬਣਾ ਕੇ ਕਿਸੇ 'ਤੇ ਕੇਸ ਪੈ ਜਾਣਾ, ਕਿਸੇ 'ਤੇ ਕੁਛ ਕਈ ਰਾਹ ਬਣ ਜਾਣੇ ਆ। ਸੋ ਇਹ ਰਿਪੋਰਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਜਨਤਕ ਹੋ ਗਏ, ਕਿਉਂਕਿ ਬਹੁਤ ਗੰਭੀਰ ਮਸਲਾ, ਇਹ ਹੁੱਲੜਬਾਜ਼ੀ ਵਾਲਾ ਮਸਲਾ ਨਹੀਂ ਹੈਗਾ। ਉਸ ਮਾਮਲੇ ਦੇ ਵਿੱਚ ਜਿਹੜੇ ਮੇਨ ਕਮਲਜੀਤ ਸਿੰਘ ਆ, ਉਹਦੇ 13-14 ਵੱਡੀਆਂ ਗਲਤੀਆਂ ਨਿਕਲੀਆਂ ਉਸ ਬੰਦੇ ਦੀਆਂ, ਕਿਉਂਕਿ ਆਪਾਂ ਜਿਹੜੀ ਗੱਲ ਕਰਾਂਗੇ ਤੱਥਾਂ ਦੇ ਆਧਾਰਿਤ ਕਰਾਂਗੇ। ਜਿੰਦਾਬਾਦ ਮੁਰਦਾਬਾਦ ਵਾਲਾ ਸਿਸਟਮ ਕਰਕੇ ਜਿਵੇਂ ਪਹਿਲਾਂ ਸਾਨੂੰ ਲੀਡਰ ਜਜ਼ਬਾਤੀ ਕਰਕੇ ਵਰਤਦੇ ਰਹੇ ਆ, ਉਹ ਹੁਣ ਧੱਕੇ ਧੁੱਕੇ ਖਾ ਕੇ ਜੇਲ੍ਹਾਂ 'ਚ ਜਾ ਕੇ ਸਾਨੂੰ ਸਮਝ ਆ ਗਈ ਆ। ਉਸ ਮਾਮਲੇ ਦੇ ਵਿੱਚ ਕੀ ਹੋਇਆ, ਇਹਨਾਂ ਨੇ ਕਮਲਜੀਤ ਸਿੰਘ ਦੇ ਨਾਲ ਇੱਕ ਗੁਰਬਚਨ ਸਿੰਘ ਹੈਗਾ, ਇੱਕ ਬਾਜ ਸਿੰਘ ਹੈਗਾ, ਇੱਕ ਦਲਵੀਰ ਸਿੰਘ ਹੈਗਾ, ਇੱਕ ਦਲਵੀਰ ਸਿੰਘ, ਇੱਕ ਗੁਰਬਚਨ ਸਿੰਘ, ਇੱਕ ਬਾਜ ਸਿੰਘ ਅਤੇ ਇੱਕ ਕਮਲਜੀਤ ਸਿੰਘ। ਚਾਰ ਬੰਦਿਆਂ ਨੇ ਇਹ ਸਾਰਾ ਜਿਹੜੀ ਰਿਪੋਰਟ ਤਿਆਰ ਕੀਤੀ ਉਹਦੇ ਵਿੱਚ ਇਹ ਦੋਸ਼ੀ ਸਾਬਤ ਹੋਏ। ਇਹ ਕਮਲਜੀਤ 'ਤੇ 13-14 ਦੋਸ਼ ਨੇ, 13-14 ਗਲਤੀਆਂ ਨਿਕਲੀਆਂ ਨੇ, ਇੱਕ ਦੀਆਂ 7 ਨੇ, ਇੱਕ ਦੀਆਂ 4 ਨੇ ਅਤੇ ਬਾਜ ਸਿੰਘ ਦੀ ਕੋਈ ਗਲਤੀ ਨਿਕਲੀ ਆ। ਫਿਰ ਉਸ ਮਾਮਲੇ ਦੇ ਵਿੱਚ ਅਸਲ ਵਿੱਚ ਕੀ ਸੀ, ਜਦੋਂ ਪਤਾ ਲੱਗਿਆ ਵੀ ਇੱਕ ਵੱਡੇ ਲੈਵਲ 'ਤੇ ਘਪਲਾ ਕਰਨ ਵਾਲਿਆਂ ਦੇ ਖਿਲਾਫ ਇੱਕ ਸੰਘਰਸ਼ ਸ਼ੁਰੂ ਹੋ ਸਕਦਾ, ਤਾਂ ਇੱਕ ਬੜੇ ਸਿਸਟਮ ਦੇ ਨਾਲ ਹਰ ਇੱਕ ਦੀ ਕਿਸੇ ਨਾ ਕਿਸੇ ਤਰੀਕੇ ਦੀ ਪਹੁੰਚ ਹੁੰਦੀ ਆ। ਦੋਸ਼ੀਆਂ ਨੇ ਕਰ ਕਰਾ ਕੇ ਇਸ ਲੈਵਲ 'ਤੇ ਗੱਲ ਲਿਆ ਕੇ ਸ਼ੁਰੂ ਕਰ ਲਿਆ ਸੰਘਰਸ਼, ਵੀ ਬਹੁਤ ਸਾਰੇ ਕੁਝ ਵੀਰਾਂ ਨੂੰ ਛੱਡ ਕੇ ਸ਼ੱਕੀ ਕਿਰਦਾਰ ਦੇ ਬੰਦੇ ਜਾਂ ਦਸਮ ਬਾਣੀ ਦੇ ਦੋਖੀ ਬੰਦੇ ਇੱਦਾਂ ਦੇ ਬੰਦੇ, ਹੁਣ ਰੁਪਿੰਦਰ ਜਸਵਿੰਦਰ ਦੀਆਂ ਰਿਕਾਰਡਿੰਗ ਆਪਾਂ ਸਾਰਿਆਂ ਨੇ ਸੁਣੀਆਂ ਨੇ। ਜਿਹੜਾ ਬੰਦਾ CBI ਜਾਂ ਪੰਜਾਬ ਪੁਲਿਸ ਦੀ ਜਾਂਚ ਦੇ ਵਿੱਚ ਖੁਦ ਦੋਸ਼ੀ ਜਾਂ ਸ਼ੱਕੀ ਪਾਇਆ ਗਿਆ, ਉਸ ਬੰਦੇ ਸਾਨੂੰ ਕੀ ਇਨਸਾਫ ਲੈ ਕੇ ਦੇਣਗੇ? ਕੀ ਸਾਨੂੰ ਉੱਦਾਂ ਦੇ ਬੰਦੇ ਇਨਸਾਫ ਲੈ ਕੇ ਦਿਆ ਕਰਨਗੇ ਜਾਂ ਉੱਦਾਂ ਦੇ ਬੰਦੇ ਸਾਡੀ ਕੌਮ ਦੀ ਗਵਾਹੀ ਕਰਨਗੇ? ਇਹ ਸਾਰੇ ਮਾਮਲੇ ਦੇ ਵਿੱਚ ਵੀ ਵੱਡਾ ਕੋਈ ਸੰਘਰਸ਼ ਨਾ ਵਿੱਢਿਆ ਜਾ ਸਕੇ ਜਾਂ ਦੋਸ਼ੀਆਂ 'ਤੇ ਜਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਆ, ਚਾਹੇ ਉਹਦੇ ਵਿੱਚ ਪ੍ਰਬੰਧਕ ਆ, ਚਾਹੇ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਕੋਈ ਵੀ ਦੋਸ਼ੀ ਰਿਪੋਰਟ ਦੇ ਵਿੱਚ ਪਾਇਆ ਜਾਂਦਾ, ਉਹ ਸਾਰੇ ਸੰਘਰਸ਼ ਨੂੰ ਟਾਲਣ ਲਈ, ਫੇਲ ਕਰਨ ਦੇ ਲਈ ਪਹਿਲਾਂ ਹੀ, ਕਿਉਂਕਿ ਅਸੀਂ ਸੰਘਰਸ਼ ਦੀ ਇੱਕ ਵਧੀਆ ਰੂਪ ਰੇਖਾ ਤਿਆਰ ਕੀਤੀ ਸੀ, ਇਹਨਾਂ ਨੇ ਕਰ ਕਰਾ ਕੇ ਕੁਛ ਆਪਦੇ ਬੰਦੇ ਅਤੇ ਕੁਛ ਬੰਦਿਆਂ ਨੂੰ ਭੁੱਲ ਭੁਲੇਖੇ ਜਾਂ ਗੁੰਮਰਾਹ ਕਰਨ ਤਰੀਕੇ ਦੇ ਨਾਲ ਜੋੜ ਕੇ ਇਹੋ ਜਿਹੇ ਬੰਦਿਆਂ ਦੇ ਹੱਥਾਂ ਦੇ ਵਿੱਚ, ਸਾਰਿਆਂ ਨੂੰ ਨਹੀਂ ਮੈਂ ਕਹਿ ਰਿਹਾ ਇਹ ਗੱਲ ਵਾਰ ਵਾਰ ਮੈਂ ਰਿਪੀਟ ਕਰਦਾ, ਇਹੋ ਜਿਹੇ ਬੰਦਿਆਂ ਦੇ ਹੱਥਾਂ ਦੇ ਵਿੱਚ ਸੰਘਰਸ਼ ਦੀ ਗਵਾਹੀ ਦੇ ਦਿੱਤੀ, ਜਿਹੜੇ ਬੰਦੇ ਖੁਦ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਸ਼ੱਕੀ ਨੇ। ਹੁਣ ਜਿਹੜੇ ਸ਼ੱਕੀ ਬੰਦੇ ਖੁਦ ਨੇ, ਜਿਹੜੇ ਕੱਲ੍ਹ ਨੂੰ ਦੋਸ਼ੀ ਵੀ ਸਾਬਤ ਹੋ ਸਕਦੇ ਆ, ਮੈਂ ਦੋਸ਼ੀ ਨਹੀਂ ਕਹਿੰਦਾ ਪਰ ਦੋਸ਼ੀ ਸਾਬਤ ਹੋ ਸਕਦੇ ਆ, ਚਾਂਸ ਹੈਗੇ ਕਿਉਂਕਿ ਰਿਪੋਰਟ ਤੋਂ ਜਾਂਚ ਕਰਾਉਣ ਤੋਂ ਭੱਜਦੇ ਨੇ, ਹਰ ਉਹ ਸੱਚਾ ਸਿੱਖ ਲਾਈ ਡਿਟੈਕਟਿਵ ਟੈਸਟ ਕਰਾ ਕੇ ਸੁਰਖਰੂ ਹੋ ਕੇ, ਚਾਹੇ ਬਰਗਾੜੀ ਵਾਲੇ ਸਿੰਘ ਸੀ ਚਾਹੇ ਸਾਹੋਕੇ ਵਾਲੇ ਸਿੰਘ ਸੀ, ਉਹ ਸੁਰਖਰੂ ਹੋ ਕੇ ਕੌਮ ਦੀ ਕਚਹਿਰੀ 'ਚ ਆ ਗਏ, ਕਿ ਉਹਨਾਂ 'ਤੇ ਕੋਈ ਦਾਗ ਨਹੀਂ ਸੀ, ਸੱਚਾਈ ਸੀ, ਸਾਹਮਣੇ ਆ ਗਈ, ਸ਼ੱਕ ਕੀਤਾ ਜਾਂਦਾ, ਸ਼ੱਕ ਕਿਸੇ 'ਤੇ ਵੀ ਹੋ ਸਕਦਾ, ਸ਼ੱਕ ਉਹਨਾਂ ਦਾ ਕਲੀਅਰ ਹੋ ਗਿਆ, ਸ਼ੱਕ ਕਲੀਅਰ ਹੋ ਗਿਆ, ਬੰਦੇ ਸੁਰਖਰੂ ਹੋ ਗਏ, ਬਾਹਰ ਆ ਗਏ, ਇਹ ਦੋ ਭਰਾ ਟੈਸਟ ਕਰਾਉਣ ਤੋਂ ਕਿਉਂ ਭੱਜਦੇ ਆ? ਹੁਣ ਜਿਹੜੇ ਬੰਦੇ ਆਪ ਹੀ ਸ਼ੱਕੀ ਹੈ, ਜੇ ਹੁਣ ਕੱਲ੍ਹ ਨੂੰ ਕਮਲਜੀਤ ਮੋਰਚਾ ਲਾ ਕੇ ਬਹਿ ਜੇ ਵੀ ਮੈਂ ਤਾਂ ਜੀ ਬਰਗਾੜੀ ਵਾਲੀ ਬੇਅਦਬੀ ਦਾ ਜਿਹੜਾ ਉੱਥੇ ਉਹਦੇ ਖਿਲਾਫ਼ ਮੈਂ ਦੂਜਾ
इंसाफ लैके दूँ कौम को, बरगाड़ी वाले दोषी इतने आ गए, इतों वाले उत्थे जाके संघर्ष बैठ लैन, हो गई गुमराह कौम सारी। वो तो आप दोषी ने, शकी ने कम जसविंदर ते रुपिंदर, इन्होंने जान बुझ के कमजोर हत्थां दे राही संघर्ष शुरू कराया ता कि कोई संघर्ष की प्राप्ति ना हो सके। फिर वो बंदे जेड़े सीधे ज सीधे रूप दे विच दसम बाणी नूं टारगेट करते रहे, चौपी साहब ते किंतु परंतु करते रहे, सारयां नूं पता गा अज धड़ेबंदियां दे करके एक दूजे के खिलाफ बारे चुप हो रहे ने, भी साडे धड़े जां चुप रहो। किसी भी बंदे नूं, किसी भी इंसान नूं, किसी भी जथेबंदी नूं ये अधिकार नहीं हैगा भी दोषी संघर्ष की गवाही दे सौंप दी। असीं फिर 5,70,000 का कपड़ा कमलजीत ने किया, बाज सिंह, गुरबचन सिंह, दलबीर सिंह उहदे नाल हिस्सेदार ने, जांच रिपोर्ट दे विच सामने आ गया, संगत दे भी सामने आ जानी है गल। उस पासे नूं गल लिजाण दी बजाए होर पासे गल शुरू कर ली। कल जदों मैं गल शुरू कीती भी एक पंथक आगू दा भरा लम्मा समा 14, 15 ते 16 दे विच पब्लीकेशन विभाग का मुखी रहा, उस पंथ कागू दियां सज्जियां खब्बियां बाहां खवाउण वाले लोग इत्थे इंसाफ दवाउण नूं बैठे ने। जे फिर दोषियां ते कारवाई की गल चलदी आ, फिर जिहड़ी दरखास्त दित्ती जांदी आ कारवाई की, वह दो बंदियां ते क्यों दित्ती जांदी? हालांकि रिपोर्ट के विच 4 बंदे दोषी साबित होए ने जिन्हां ने फेरबदल किया। फिर जदों 4 बंदे दोषी साबित होंदे तां 2 नूं कीहड़ी साजिश दे अधीन बचाया जांदा? जे 4 बंदे रिपोर्ट दे जांच दे विच दोषी पाए गए ने, गुरबचन सिंह, दलबीर सिंह, बाज सिंह ते कमलजीत सिंह, फिर रिपोर्ट 2 दे खिलाफ दिंदे आ, बाकी दोवां बारे क्यों चुप्पी आ? मैं सिंघां समेत अगे भी कोई इहो जिहा मोर्चा नहीं हैगा जिहदे विच आपां वड्डी गिणती संगत लैके नहीं पहुँचे, तो हुण भी पर साफ जी गल आ, रुपिंदर जसविंदर ते कल नूं फिर दूजे होर आ जाणगे जिहड़े दोखी ने, नेकी दे चेले भी फिरदे आ, फिर कल नूं फिर कह फिर जे साडी इही भावना गी भी जिहड़ा अज बादल मुरदाबाद कहिंदा उह सही आ जिन्ना मर्जी गंदा, फिर तो होर बड़े आ जाएंगे, फिर तो गुरिंद्रपाल धनौले होरों भी ले आने हैं, होर बड़े ने, फिर नेकी दे चेले भी आएंगे, होर फिर दर्शन रोगी आओ उहदे चेले भी लिया, फिर घगे की टीम भी ले आओ, जे कल बादल दे विरोध की गल बादल की श्रोमणी कमेटी की किसी एक बंदे की गल नहीं हैगी, गल साहब श्री गुरु ग्रंथ साहब महाराज सच्चे पातशाह दी आ। मैनू दसो किहड़े मूंह नाल सी रुपिंदर जसविंदर के खिलाफ? एक पास तां सी पहली कुछ बंदे मैनू कहिंदे रुपिंदर जसविंदर की याद हुण क्यों आई, ये बिल्कुल झूठ बोल रहे हो तुसीं। रुपिंदर जसविंदर दे मामले ते मैं पिछले 2-1.5 महीने तो काम कर रहा, सिंह साहब नूं भी मिले हां, ज्ञानी हरप्रीत सिंह होरां नाल भी गल होई सी, उह कहिंदे भी जे तुसीं इन्हां दे खिलाफ कोई इकट्ठ करना जां कुछ करना जां इत्थे इकट्ठ दे रूप दे विच आ के मिलना चाहुंदे हो ਤਾਂ ਲੋਕਡਾਊਨ ਵਾਲਾ ਜਿਹੜਾ ਸਮਾਂ ਗਾ ਜਾਂ ਆਹ ਕਰੋਨਾ ਵਾਲਾ ਇਹਨੂੰ ਲੰਘ ਲੈਣ ਦੀ, ਉਹ ਤੋਂ ਬਾਅਦ ਤੁਸੀਂ ਇਕੱਠ ਦੇ ਰੂਪ 'ਚ ਇੱਥੇ ਆ ਕੇ ਜਿਵੇਂ ਮਰਜ਼ੀ ਤੁਹਾਨੂੰ ਲੱਗਦਾ ਹੋਇਆ ਤੁਸੀਂ ਜਾਇਜ਼ ਸਮਝੋ ਕਰ ਸਕਦੇ ਹੋ, ਕਿਉਂਕਿ ਕਿਸੇ ਮਸਲੇ 'ਤੇ ਅਕਾਲ ਤਖਤ ਸਾਹਿਬ 'ਤੇ ਵਿਚਾਰ ਆਪਣਾ ਮੁੱਦੇ ਨੂੰ ਰੱਖਣਾ। ਭਾਈ ਗੁਰਪ੍ਰੀਤ ਸਿੰਘ ਹਰੀ ਨੌ ਜੀ, ਆਪਾਂ ਬਿਲਕੁਲ, ਮੈਂ ਹੁਣੇ ਜਾਣ ਨੂੰ ਤਿਆਰ ਹਾਂ, ਹੁਣੇ ਜਾਊਂਗਾ, ਰੁਪਿੰਦਰ ਅਤੇ ਜਸਵਿੰਦਰ ਨੂੰ ਪਰੇ ਕਰਾਓ, ਮੈਂ ਹੁਣੇ ਤਿਆਰ ਹਾਂ, ਅਸੀਂ ਉਹਨਾਂ ਦੋਖੀਆਂ ਨਾਲ ਨਹੀਂ ਬਹਿ ਸਕਦੇ। ਹਾਂ ਰੁਪਿੰਦਰ ਜਸਵਿੰਦਰ ਟੈਸਟ ਕਰਾਇਆ ਹੁਣ, ਟੈਸਟ ਕਰਾ ਕੇ ਸੁਰਖਰੂ ਹੋ ਜਾਣ, ਜ਼ਿਆਦਾ ਨਹੀਂ ਕਹਿੰਦਾ ਮੈਂ, 11 ਬੰਦਿਆਂ ਦਾ ਜਥਾ ਮੈਂ ਰੋਜ਼ ਲੈ ਕੇ ਆਇਆ ਕਰੂੰ। ਬਾਪੂ ਸੂਰ ਸਿੰਘ ਦੀ ਸੰਘਰਸ਼ ਕਮੇਟੀ ਦੇ ਸੰਘਰਸ਼ 'ਤੇ ਬਹੁਤ ਸਾਰੇ ਬੰਦੇ ਲਾਈਵ ਦੇਖ ਰਹੇ ਨੇ,
कोई संघर्ष कमेटी का मैंबर यह कह दे भी कदे दस तो घट सुरेंद्र सिंह ठीकरीवाल की वड्डी गड्डी च बंदे होंदे सी। छे महीने के करीब संघर्ष चलिया, रोज़ आते रहे दस दस बंदे लैके, तो तुहाडे नाल वादा कर चाहे दूर भी आ इत्थे भी लैके आवांगे, पर इदां दे बंदिआं नाल नहीं असीं बह सकदे। दूजी गल, अज सानूं लगदा भी उन्हां दा धरना जायज़ है दरबार साहब के अंदर, कल नूं किसे होर मुलाजम ते कोई कार्रवाई हो जू फिर वह दस बंदे लिया के धरना ला के बह जूगा। हुण कमलजीत ने आपका सिस्टम लाता, फिर इन्होंने आप दे ला देने, फिर वह बंदा धरना ला, ये तो मुख्यमंत्री हाउस वांगू सकत्तरेत वांगू दरबार साहब तो फिर आस्था का केंद्र रूहानीयत का केंद्र रहने की बजाय धरने का केंद्र बन जूगा, तो धरने का काम चल पैना जी। धरना हदूद तो बाहर लाया जाए, पब्लीकेशन डिपार्टमेंट के बाहर लाया जाए, ये तो फिर वो मटका चौंक वाला काम बनना दोगे तुम। अज एक धिर धरना, कल दूजी लाइदी है, परसों तीजी लाइदी है, धरने लाओ पब्लीकेशन डिपार्टमेंट मूहरे, धरने लाओ सुखबीर सिंह बादल के घर मूहरे, धरना लाओ गोबिंद सिंह लौंगोवाल के घर मूहरे, जिथे मर्जी लाओ दरबार साहब तो बहर असं थोड़े नाल हाँ। मैं थोड़े तो ना वादा करदा भी कुछ भी जेल जाना पो तां भी तैयार हाँ, परचे होणगे तां भी तैयार हाँ, एक उत्थे बह के घंटे के बाद कोई ना कोई बयान दे दिंदे आ वी अहीं इत्थों खून हड्डी इत्थों लाश जानी आ, इदां जाणा। बापू सूरत सिंह दे घरे भी कईआं ने ऐलान कीता सी भी साडियां लाशां जाणगियां, ते उत्थे बरगाड़ी भी ऐलान होए सी भी साडियां लाशां जाणगियां। सो इदां दीआं गंभीर सिट्टे निकलणगे जी, फलाना होऊगा जी, इन्हां गल्लां दे विच कोई दम नहीं। कौम नूं गमराह ना कीता जावे, असीं भी इत्थे ही अमृतसर साहिब, जे तुहानूं लगदा असीं सानूं जिथे कौम कहिंदी है भी इह कौम लई नहीं किते जांदे, जिथे कौम बैठण नूं तैयार आ धुप्पे बिठा दो, जे हिल गए तां कह दिओ। पर जदों अमरीक बाहरली पूरी दुनिया तो लोग आउंदे आ, बाहरलियां स्टेटां दे लोग आउंदे आ, क्योंकि लंबे समय तो लॉकडाउन करके संगत आउंदी नहीं सी, हुण लॉकडाउन खुल्लिया वड्डी गिणती विच संगत आ रही आ, उत्थे साडा सिखां दा की प्रभाव जा रहा भी उत्थे आ कुछ करदे ने। उत्थे लड़ाई होई, किसी भी धिर का कसूर आ, दोवां दा ही ला लो, तुहाडे मुताबिक कल्ली श्रोमणी कमेटी का कसूर भी आ, जिहड़ा दूर दू बाहरलियां कंट्रियां तों आउंदा, बाहरलियां स्टेटां तों आउंदा, उन्हूं ना तां इह पता भी मेरे ते प्लेट किहदी लगी आ, गाणे ते किहदी लगी आ। उत्थे इह हुंदा भी सिख नाल सिख लड़ रहा, भाई साहब जी असीं इह तैयारी कर रहे सी, तां ही इन्हां ने ਇਹੋ ਜਿਹੇ ਬੰਦੇ ਬਿਠਾਏ ਨੇ ਜਿਨ੍ਹਾਂ ਦੇ ਨਾਂ 'ਤੇ ਇਕੱਠ ਨਾ ਹੋ ਸਕੇ। ਧਰਨੇ ਲਾਉਣ, ਮੁਜ਼ਾਹਰੇ ਕਰਨ, ਸੰਘਰਸ਼ ਕਰਨ, ਅਸੀਂ ਨਾਲ ਜਾਵਾਂਗੇ, ਨਾਲ ਖੜਾਂਗੇ, ਪਰ ਗੁਰੂ ਘਰਾਂ ਦੇ ਵਿੱਚ ਧਰਨਿਆਂ ਦਾ ਕਨਸੈਪਟ ਨਹੀਂ ਹੈਗਾ, ਅਤੇ ਨਾ ਹੀ ਕੱਲ੍ਹ ਨੂੰ ਫਿਰ ਹੋਰ ਕੋਈ ਧਿਰ ਆ ਜੂਗੀ, ਫਿਰ ਉਹ ਧਰਨਾ ਲਾ ਕੇ ਬਹਿ ਜੂਗੀ, ਫਿਰ ਕੋਈ ਹੋਰ ਬੰਦਾ, ਫਿਰ ਉਹ ਧਰਨ ਇੱਥੇ ਅਸੀਂ ਕੀਰਤਨ ਸੁਣਾਂਗੇ, ਕਥਾ ਸੁਣਾਂਗੇ, ਪ੍ਰਚਾਰ ਹੋਊਗਾ, ਜਾਂ ਇੱਥੇ ਧਰਨੇ ਲੱਗਿਆ ਕਰਨਗੇ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਿਹੜੇ ਵੀਰ ਆ ਦੋ ਚਾਰ ਅਪ ਸ਼ਬਦ ਲਿਖਦੇ ਨੇ, ਮੈਨੂੰ ਬੋਲਣਾ ਵੀ ਆਉਂਦਾ ਅਤੇ ਮੈਨੂੰ ਲਿਖਣਾ ਵੀ ਆਉਂਦਾ, ਸਿੱਧੀ ਅਤੇ ਸਾਫ਼ ਗੱਲ ਆ, ਜਿਹਾ ਜਿਹਾ ਬੋਲੋਗੇ ਉਹ ਜਿਹੇ ਸੁਣੋਗੇ, ਠੀਕ ਆ। ਅਸੀਂ ਕੋਈ ਸਾਧੂ ਸੰਤ ਮਹਾਤਮਾ ਨਹੀਂ ਹੈਗੇ ਵੀ ਜੇ ਤੁਸੀਂ ਸਾਨੂੰ ਗੰਦ ਬੋਲੋਗੇ ਅਸੀਂ ਚੁੱਪ ਕਰ ਜਾਵਾਂਗੇ, ਗੰਦ ਵਾਲੇ ਨੂੰ ਗੰਦ ਵੀ ਬੋਲਾਂਗੇ, ਸਾਹਮਣੇ ਮਿਲ ਗਿਆ ਜੁੱਤੀਆਂ ਵੀ ਮਾਰਾਂਗੇ, ਸਿੱਧੀ ਗੱਲ ਆ। ਮੈਂ ਗੱਲ ਕਰ ਰਿਹਾ, ਮੈਂ ਕਿਸੇ ਨੂੰ ਅਪਸ਼ਬਦ ਨਹੀਂ ਬੋਲਦਾ, ਅਤੇ ਆਪਦੀ ਗੱਲ ਰੱਖਣ ਦਾ ਹਰ ਇੱਕ ਨੂੰ ਅਧਿਕਾਰ ਆ। ਤੁਹਾਨੂੰ ਲੱਗਦਾ ਫਿਰ ਇੱਕ ਮਿੰਟ, ਅੱਜ ਰੁਪਿੰਦਰ ਜਸਵਿੰਦਰ ਦੀ ਅਗਵਾਈ 'ਚ ਸੰਘਰਸ਼ ਸ਼ੁਰੂ ਕਰ ਲਓ, ਕੱਲ੍ਹ ਨੂੰ ਜਿਹੜੇ ਇੱਥੇ ਦੋਸ਼ੀ ਸਾਬਤ ਹੋਣਗੇ ਪੋਲੀਕੇਸ਼ਨ ਡਿਪਾਰਟ ਵਾਲੇ ਮਾਮਲੇ ਦੇ ਵਿੱਚ, ਫਿਰ ਇਹਨਾਂ ਦੋਸ਼ ਅਗਲਾ ਸੰਘਰਸ਼ ਇਹਨਾਂ ਦੋਸ਼ੀਆਂ ਦੀ ਅਗਵਾਈ 'ਚ ਵੱਢ ਲਾਂਗੇ, ਇਹ ਕੰਮ ਕਰ ਲੈਂਦੇ ਹਾਂ। ਫਿਰ ਬੇਅਦਬੀ ਬਿਲਕੁਲ ਨਹੀਂ ਹੋਈ ਸਰੂਪਾਂ ਦੇ। ਫਿਰ ਇੱਕ ਗੱਲ ਹੋਰ, 61 ਸਰੂਪ ਗਿਣਤੀ ਦੇ ਵਿੱਚ ਜਿਹੜੇ ਦਰਮਿਆਨੇ ਆਕਾਰ ਦੇ ਪਦਛੇਦ ਸਰੂਪ ਨੇ, 61 ਸਰੂਪ ਵੱਧ ਵੀ ਰਹੇ ਨੇ ਹਿਸਾਬ ਕਿਤਾਬ ਦੇ ਵਿੱਚ, ਸ਼ਾਇਦ ਤੁਹਾਨੂੰ ਇਹ ਵੀ ਨਹੀਂ ਪਤਾ। 61 ਸਰੂਪ ਗਿਣਤੀ 'ਚ ਵੱਧ ਵੀ ਰਹੇ ਨੇ, ਜਿਨ੍ਹਾਂ ਦੇ ਵਿੱਚੋਂ 54 ਸਰੂਪਾਂ ਦੇ ਬਾਰੇ ਜਾਂਚ ਕਮੇਟੀ ਦੇ ਕੋਲੇ ਕਮਲਜੀਤ ਸਿੰਘ ਮੰਨ ਚੁੱਕਿਆ ਵੀ ਉਹਨੇ ਕਿੱਥੇ ਕਿੱਥੇ
ਆਪਣੇ ਮੱਧ ਪ੍ਰਦੇਸ਼ ਦੇ ਵਿੱਚ ਰਾਜਸਥਾਨ, ਰੈਕੋਟ, ਸਮਾਣੇ, ਲੁਧਿਆਣਾ ਅਤੇ ਗੰਗਾਨਗਰ ਕਾਫੀ ਜਗ੍ਹਾ ਉਹਨੇ ਦਿੱਤੇ ਆ। ਛੇ ਸਰੂਪ ਇੱਥੇ ਪਏ ਪਬਲੀਕੇਸ਼ਨ ਡਿਪਾਰਟਮੈਂਟ ਦੇ ਵਿੱਚ ਵਿਰਾਜਮਾਨ ਨੇ। 60 ਇੱਕ ਸਰੂਪ ਬਾਰੇ ਅਜੇ ਕੋਈ ਮੰਨ ਨਹੀਂ ਰਿਹਾ। ਅਸਲ ਦੇ ਵਿੱਚ ਉਹਨੇ ਘਪਲਾ ਉਹ ਜੰਗ ਗਿਣਤੀ ਦੇ ਵਿੱਚ ਵਾਧਾ ਘਾਟਾ ਉੱਥੇ ਪਾਇਆ। ਹੁਣ ਬਹੁਤ ਸਾਰੇ ਬੰਦੇ ਕਹਿੰਦੇ ਵੀ ਇੰਨੇ ਚਿਰ ਬਾਅਦ ਰੌਲਾ ਕਿਉਂ ਪਾਇਆ ਜਾਂ ਮਸਲਾ ਅੱਜ ਹੀ ਕਿਉਂ ਹੋਇਆ। ਮਸਲਾ ਅੱਜ ਤਾਂ ਪਿਆ ਵੀ ਕਮਲਜੀਤ ਸਿੰਘ ਦੀ ਆ ਗਈ ਰਿਟਾਇਰਮੈਂਟ। ਪਹਿਲਾਂ ਉਹਨੇ ਲਿਖਤੀ ਰੂਪ ਦੇ ਵਿੱਚ ਉੱਥੇ ਦੇਤਾ ਸਕੱਤਰੇਤ ਦੇ ਵਿੱਚ ਵੀ ਮੇਰੇ ਜਾਣ ਵੇਲੇ ਜਿਹੜਾ ਮੇਰੇ ਲੈਣ ਦੇਣ ਦੇ ਵਿੱਚ ਵਾਧਾ ਘੱਟ ਹੈਗਾ ਮੇਰੇ ਫੰਡਾਂ ਦੇ ਵਿੱਚੋਂ ਕੱਟ ਲਓ। ਜਦੋਂ ਫੰਡਾਂ ਦੇ ਵਿੱਚੋਂ 5,70,000 ਰੁਪਇਆ ਕੱਟਣ ਨੂੰ ਦੀ ਗੱਲ ਚੱਲੀ ਤਾਂ ਉਹਨੇ ਰਾਜਨੀਤੀ ਖੇਡਣੀ ਸ਼ੁਰੂ ਕਰਤੀ। ਰਾਜਨੀਤਿਕ ਬੰਦੇ ਦੇ ਹੱਥਾਂ ਚੜ੍ਹ ਗਿਆ। ਮੋਰਚੇ ਦੇ ਵਿੱਚੋਂ 2 ਬੰਦੇ ਲਗਾਤਾਰ ਸੁੱਖੀ ਰੰਧਾਵੇ ਦੇ ਸੰਪਰਕ 'ਚ ਨੇ। ਮੋਰਚੇ ਦੇ ਵਿੱਚੋਂ ਇੱਕ ਬੰਦਾ ਪਰਸੋਂ ਰਾਤ ਨੂੰ 11 ਵਜੇ ਜਾਂ ਮੈਂ ਸਬੂਤ ਪੇਸ਼ ਕਰੂੰ 2 ਦਿਨਾਂ 'ਚ ਅਕਾਲੀ ਦਲ ਦੇ ਕਿਹੜੇ ਆਗੂ ਨੂੰ ਮਿਲ ਕੇ ਦੱਸੋ। ਰਾਤ ਨੂੰ 11 ਵਜੇ ਅਕਾਲੀ ਦਲ ਦੇ ਕਿਸੇ ਲੀਡਰ ਨਾਲ ਮੀਟਿੰਗ ਹੋਈ ਆ ਕਿ ਦੱਸੋ ਕੌਣ ਕਰਕੇ ਆਇਆ। ਨਹੀਂ ਅਸੀਂ ਕੱਲ੍ਹ ਨੂੰ ਦੱਸ ਦਈਏ ਪ੍ਰੈਸ 'ਚ, ਪਰਸੋਂ ਦੱਸ ਦੱਸੂੰਗਾ ਮੈਂ। ਤੁਸੀਂ ਚੰਗੀ ਭਲੀ ਕੌਮ ਨੂੰ ਗੁੰਮਰਾਹ ਬਣਾਇਆ। ਕੌਮ ਵਾਲਿਆਂ ਦਾ ਸਾਬਦਾ ਵੇਖਾ ਕਿਰਦਾਰ ਜਿੰਨਾ ਮਰਜ਼ੀ ਮਾੜਾ, ਚਾਹੇ ਕੋਈ ਬੇਅਦਬੀ ਦਾ ਦੋਸ਼ੀ ਆ, ਜਿਹੜਾ ਤੜਕੇ ਉੱਠ ਕੇ 4 ਗਾਲਾਂ ਜਹੇਦਾਰ ਨੂੰ ਕੱਢਦਾ, 4 ਸ਼੍ਰੋਮਣੀ ਕਮੇਟੀ ਨੂੰ ਕੱਢਦਾ, ਪੰਥ ਦਾ ਬੰਦਾ। ਗੋਬਿੰਦ ਸਿੰਘ ਲੌਂਗੋਵਾਲ 'ਚ ਗਲਤੀ ਹੋ ਸਕਦੀ ਆ, ਅਕਾਲੀ ਦਲ ਦੇ ਪ੍ਰਧਾਨ 'ਚ ਗਲਤੀ ਹੋ ਸਕਦੀ ਆ, ਪਰ ਸਾਡੀਆਂ ਸੰਸਥਾਵਾਂ ਦੀ ਨਹੀਂ, ਸਾਡੀਆਂ ਸੰਪਰਦਾਵਾਂ ਦੀ ਨਹੀਂ, ਸਾਡੇ ਬਜ਼ੁਰਗਾਂ ਦੀ ਖੂਨ ਨਾਲ ਰੱਖੀ ਗਈ ਆ। ਅਸੀਂ ਇਹਨਾਂ ਸੰਸਥਾਵਾਂ, ਇਹਨਾਂ ਸੰਪਰਦਾਵਾਂ ਨੂੰ ਕਮਜ਼ੋਰ ਨਹੀਂ ਕਰ ਸਕਦੇ। ਅਤੇ ਗੁਰੂ ਦੀ ਮਰਿਆਦਾ, ਪ੍ਰਬੰਧਕ ਮਾੜੇ ਹੋ ਸਕਦੇ ਆ, ਸਿੰਘ ਨੇ ਇੱਕ ਨੇ ਲਿਖਿਆ, ਪ੍ਰਬੰਧਕਾਂ ਦੇ ਵਿੱਚ ਘਾਟ ਹੋ ਸਕਦੀ ਆ, ਪਾਵਨ ਗੁਰਬਾਣੀ ਦਾ ਕੀਰਤਨ ਅਤੇ ਕਥਾ ਹੁੰਦੀ ਆ, ਉਹ ਲੋਕ ਉਹ ਸੁਣਨ ਆਉਂਦੇ ਆ। ਇੱਥੇ ਉੱਥੇ ਬੈਠਾਇਆ ਕਿਉਂ ਗਿਆ? ਕਿਉਂਕਿ ਬਹੁਤੀ ਸੰਗਤ ਆਉਂਦੀ ਨਹੀਂ, ਉਹ ਦਰਸ਼ਨ ਵਾਲਿਆਂ ਵਿੱਚੋਂ ਕੋਈ ਨਾ ਕੋਈ ਮੇਰੇ ਵਰਗਾ ਜਾ ਕੇ ਉੱਥੇ ਵਿੱਚ ਬੈਠੀ ਜਾਂਦਾ। ਤੁਸੀਂ ਨਿਰਾਲੀ ਜਗ੍ਹਾ 'ਤੇ ਮੋਰਚਾ ਲਾ ਕੇ ਬੈਠੋ, ਪਤਾ ਲੱਗੂ ਵੀ ਤੁਹਾਡੇ ਨਾਲ 10 ਬੰਦੇ ਆ, 20 ਆ, 50, 100 ਆ। ਰੂਹਾਨੀਅਤ ਕਿਉਂ ਭੰਗ ਕਰਦੇ ਹੋ? ਮੈਨੂੰ ਸਮਝ ਨਹੀਂ ਆਉਂਦੀ। ਫਿਰ ਉਹਨਾਂ 'ਤੇ ਜਿਨ੍ਹਾਂ ਨੂੰ ਤੁਸੀਂ ਮਸੰਦ ਆਉਂਦੇ ਹੋ, ਜੇ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਂ, ਜਿਨ੍ਹਾਂ ਨੂੰ ਤੁਸੀਂ ਮਸੰਦ ਆਉਂਦੇ ਹੋ ਵੀ ਉਹਨਾਂ ਨੇ ਗੁਰੂ ਘਰ ਦੀ ਮਰਿਆਦਾ ਦਾ, ਗੁਰੂ ਘਰ ਦੀਆਂ ਪਰੰਪਰਾਵਾਂ ਦਾ, ਗੁਰੂ ਗ੍ਰੰਥ ਪੰਥ ਦੇ ਸਤਿਕਾਰ ਦਾ ਉਹਨਾਂ ਨੇ ਘਾਣ ਕੀਤਾ, ਅਤੇ ਅਸੀਂ ਕੀ ਕਰ ਰਹੇ ਹਾਂ? ਅਸੀਂ ਵੀ ਉਹਨਾਂ ਵਰਗੇ ਬਣ ਜਾਣਾ? ਲੋਕ ਕਹਿੰਦੇ ਜੀ ਉਹਨਾਂ ਨੇ ਕੀਤਾ, ਅਸੀਂ ਉਹਨਾਂ ਵਰਗੇ ਬਣਨਾ ਯਾਰ, ਅਸੀਂ ਉਹਨਾਂ ਵਰਗੇ ਬਣ ਜਾਈਏ? ਜੇ ਉਹਨਾਂ ਨੇ ਕਰ ਲਿਆ ਤਾਂ ਸਾਨੂੰ ਲਾਇਸੈਂਸ ਮਿਲ ਗਿਆ ਵੀ ਅਸੀਂ ਵੀ ਕਰਾਂਗੇ, ਫਿਰ ਸਾਡੇ 'ਤੇ ਉਹਨਾਂ 'ਚ ਫਰਕ ਕੀ ਰਹਿ ਗਿਆ? ਜੇ ਉਹਨਾਂ ਨੇ ਮਰਿਆਦਾ ਭੰਗ ਕੀਤੀ, ਅਸੀਂ ਵੀ ਕਰ ਦਈਏ? ਕੋਈ ਥੋੜ੍ਹਾ ਬਹੁਤਾ ਦਿਮਾਗ ਨੂੰ ਹੱਥ ਮਾਰੋ। ਪਾਰਟੀਆਂ, ਪ੍ਰਬੰਧਕ ਬਦਲਦੇ ਰਹਿੰਦੇ ਆ, ਬਦਲਦੇ ਆਏ ਆ, ਬਦਲਦੇ ਰਹਿਣਗੇ। ਮਾੜੇ ਬੰਦੇ ਵੀ ਆ ਜਾਂਦੇ ਆ, ਚੰਗੇ ਵੀ ਆ ਜਾਂਦੇ ਆ। ਸਿਸਟਮ ਦੇ ਵਿੱਚ, ਪ੍ਰਬੰਧ ਦੇ ਵਿੱਚ ਗਲਤੀਆਂ, ਕਮਜ਼ੋਰੀਆਂ ਹੋ ਸਕਦੀਆਂ ਨੇ, ਪਰ ਆਪਦੀਆਂ ਸੰਸਥਾਵਾਂ ਨੂੰ, ਆਪਦੀਆਂ ਸੰਪਰਦਾਵਾਂ ਨੂੰ, ਆਪਦੀਆਂ ਸੰਸਥਾਵਾਂ, ਸੰਪਰਦਾਵਾਂ ਨੂੰ, ਆਪਦੀਆਂ ਰੋਹ ਰੀਤਾਂ ਨੂੰ, ਆਪਦੇ ਸਿਧਾਂਤ ਨੂੰ ਠੇਸ ਪਹੁੰਚਾਉਣ ਵਾਲੇ ਰਾਹ 'ਤੇ ਨਾ ਤੁਰੀਏ। ਤੁਸੀਂ ਇਹਨਾਂ ਲੀਡਰਾਂ ਦਾ ਘਰੋਂ ਨਿਕਲਣਾ ਬੰਦ ਕਰੀਏ, ਤੁਹਾਡੇ ਉੱਥੇ ਬੈਠਿਆਂ ਦਾ ਕੀ ਫਾਇਦਾ ਹੋ ਰਿਹਾ? ਤੁਸੀਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਘਰ ਘੇਰ ਕੇ ਬੈਠਦੇ ਆ, ਘਰੋਂ ਨਾ ਨਿਕਲ ਸਕੇ। ਭਾਵਾਂ ਕਿ ਕਿਸੇ ਤਰ੍ਹਾਂ ਦੇ ਵਿਚਾਰਕ ਮਤਭੇਦ ਹੋਣ, ਪਰ ਬਾਬਾ ਬਲਜੀਤ ਸਿੰਘ ਦਾਦੂ ਵਾਲਾ ਨੇ ਠੋਕ ਕੇ ਗੱਲ ਕਹੀ ਆ ਵੀ ਪ੍ਰਧਾਨ ਦੇ ਘਰ ਉਂਗਰੇ ਬੈਠੋ, ਉੱਥੋਂ ਨਿਕਲਣਾ ਬੰਦ ਹੋ ਜੇ ਉਹਦਾ। ਬਿਲਕੁਲ ਉਹਨਾਂ ਦੇ ਕੰਮ ਰੁਕਣਗੇ, ਉਹਨਾਂ ਨੂੰ ਅਹਿਸਾਸ ਹੋਊਗਾ। ਅਕਾਲੀ ਦਲ ਦੇ ਪ੍ਰਧਾਨ ਜੀ, ਤੁਹਾਨੂੰ ਲੱਗਦਾ ਵੀ ਅਕਾਲੀ ਦਲ ਕੋਲ ਪ੍ਰਬੰਧ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ? ਪਹਿਲੀ ਗੱਲ ਤਾਂ ਉਹਨਾਂ ਦੀ ਮਾਂ ਨੇ ਨਹੀਂ ਪ੍ਰਬੰਧਕ ਜੰਮੇ, ਸੰਗਤ ਨੇ ਚੁਣੇ ਨੇ। ਦੂਜੀ ਗੱਲ, ਅਕਾਲੀ ਦਲ ਦੇ ਪ੍ਰਧਾਨ ਦਾ ਘਰ ਘੇਰਦੇ ਹਾਂ, ਚਲੋ
मैं बाबा बलजीत सिंह दादू वाली जिहड़ी गल कही आ मैं उहदे नाल सहमति दादा जिहड़ा करना चाहिए यार लीडरां दे घरां वाल नूं जिथों उहनां नूं घरों निकलना बंद होवे उह प्रोग्रामां ते ना जा सकण उह कट्ठां नूं संबोधन ना कर सकण उहदी बजाए असीं आप दे गुरु घरां दे सिधांत नूं ठेस पहुंचाउण वाले पासे तुर पए साडियां रौह रीतां नूं खत्म करन वाले पासे तुर पए बहुत सारे बंदे कहिंदे उहनां ने ऐं कीता मैं सहमत हां तुहाडे नाल कीता उहनां दे विच माड़े होणगे असी हुण इह इस आधार ते असी भी कह दईए वैसे भी करांगे जे उहनां ने कीता हुण असी कहिंदे उहनां ने भी कीता जी उहनां ने कीता असी भी करिए प्रबंधक बदल जाते होंगे जे चंगे बंदे सुहिरदता दे नाल गुरु ग्रंथ गुरु पंथ नूं समर्पित हो के संगत नूं सुचेत करके जोड़ के नाल रख सकन तां प्रबंधक बदले जाते होंगे आ पर असी क्योंकि श्रोमणी गुरद्वारा प्रबंधक कमेटी प्रबंधक इहदा बदलते रहिंदे आ बदलते रहने आ इहदा बहुत सारिया संस्थावां जिहड़ियां सिख विरोधी ने उन्हां ते एक डर एक प्रभाव आ भी सिखां दी एक वड्डी संस्था है कल नूं इह बदल गए प्रबंधक प्रबंध तुहाडे हाथ भी आ सकदा साडे हाथ भी आ सकदा फिर जे साडे हत्थां 'च प्रबंध आ गया फिर तुहाडे हत्थां 'च प्रबंध आ गया आपां इकट्ठे हो के प्रबंध सुधार करन बारे क्यों नहीं सुणदे तुरदे असीं प्रबंध नूं बदलण वाले पासे स्वैरता दे नाल क्यों नहीं तुरदे तुहानूं लगदा भी भांड के कम चल जू असीं कम करिए असीं इहनां नूं कढ़न दा राह अपनाइए असीं इहनां दा संगत दे विच विचरना बंद कर दईए जो करना चाहीदा बैठे रहिंदे आ गुरु घर दे सिधांत नूं ठेस पहुँचाउंदे आ संगत दे मनां नूं ठेस पहुँचदी आ लोकी आपस दे विच सिखां दी कुल मिला के बदनामी हुंदी आ इस गल तों बचिए संघर्ष नूं सही दिशा वल लै के जाइए ताडे बिल्कुल नाल आ ताडे भरांगे ताडे सहयोगी आ पर गुरु घर दी माण मर्यादा दा ख्याल रखिए जे उहनां ने भंग कीती असीं उहनां वर्गे नहीं बनना गुरु ग्रंथ गुरु पंथ नूं समर्पित हो के जां इह गल आ भी अकाली दल दे कुछ लीडरां दे टच दे विच जां कांग्रेस दे लीडरां दे टच विच नहीं आ बंदे हैगे गुरु ग्रंथ साहिब दी हजूरी जा के अरदास करन मैं सारिआं नूं नहीं कह रहा सरकारी कैमरे दे जिहड़े बंदे कोल पत्रकार कोल फोटो आ ना वो कोशिश कर रहा मैं लैण दी जे मिल गए तो मैं तुहानूं दिखाऊंगा भी किवें मोर्चे दे प्रबंधकां चों एक बंदा अकाली दल दे एक जिम्मेवार वड्डे लीडर नूं मिल के आया की करन गया सी वीर अमरीक सिंह कलेर ने एक गल लिखी आ भी 15 दे विच भी किसानां दा संघर्ष वड्डे पद्धर ते सी उदों भी गुरु ग्रंथ साहिब सच्चे पातशाह महाराज दे सरूपां दी चोरी होई हुण फिर किसानां दा संघर्ष बड़े वड्डे पद्धर ते चल रहा ते बराबर इधर संघर्ष शुरू कराता की चक्कर की है इस बारे भी थोड़ा जिहा देखियो आपां गुरु ग्रंथ साहिब सच्चे पातशाह महाराज सच नूं समर्पित हाँ तुहाडे नाल हाँ नाल खड़े सी नाल खड़े हाँ पर रुपिंदर जसविंदर वर्गे बंदियां दे नाल जिहड़े खुद शक्की ने टैसट करा के आ जाण बाकी सारे मतभेद निक्के वड्डे भुला के उहनां दे गोडे नाल गोडा मोढे नाल मोढा जोड़ के बैठण नूं तैयार हाँ चलण नूं तैयार हाँ पर जिन्ना चिर उह बंदे सुरखरू हो के पंथ दी कचहरी 'च नहीं आउंदे उहनां बंदियां दी गवाही दे विच असीं नहीं बैठ सकदे चाहे तुसीं सही कहो सानूं चाहे गलत कहो आप देखो ये फैसले इतिहास करदा हुंदा भी कौन चंगा कौन माड़ा मेरे कहिआं तुसीं माड़े नहीं होना तुहाडे कहिआं मैं माड़ा नहीं होना गुरु ग्रंथ साहिब सच्चे पातशाह महाराज कृपा करन बख्शिश करन साडियां संस्थावां साडियां संप्रदावां दा प्रबंध चंगे बंदियां चंगियां जथेबंदियां
चंगे ग्रुपां दे हत्थां दे विच आवे, कौम दी चढ़दी कला होवे, ते आपां इस प्रबंध नूं चंगे करन दे लई इन्हां हत्थां 'च वी चंगा हो सकदा जे असीं इक प्रैशर इक दबाव बना के रखीए। जदों असीं दिने धरना ला के रात नूं मीटिंगां कर लैंदे साडा दबाव ही नहीं रहिंदा। खून देण दीआं गल्लां करनियां स्टेजां ते स्टेजी शहीद बनना, असीं कहिंदे नहीं तुहाडे नाल सहमत हाँ। ਕਿਹੜਾ ਕਹਿੰਦਾ ਭਾਈ ਖੂਨ ਦੇਣ ਵਾਲਾ, ਅਸੀਂ ਚੱਲਾਂਗੇ ਨਾਲ, ਗਰੰਟੀ ਆ। ਪਰ ਗੁਰੂ ਘਰ 'ਚ ਨਹੀਂ, ਗੁਰੂ ਘਰ ਦੇ ਚਾਰ ਦੀਵਾਰੀ ਤੋਂ ਮਾਣ ਮਰਿਆਦਾ ਤੋਂ ਥੋੜ੍ਹਾ ਜਿਹਾ ਖਿਆਲ ਰੱਖੀਏ, ਕੁੱਕੜ ਖੇਡ ਨਾ ਡਾਈਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ, ਮਿਹਰ ਕਰਨਗੇ ਤੁਹਾਡੇ 'ਤੇ, ਸਾਡੇ 'ਤੇ, ਸਾਡੀ ਕੌਮ 'ਤੇ। ਗੁਰੂ ਗ੍ਰੰਥ ਗੁਰੂ ਪੰਥ ਦੀ ਕਿਰਪਾ ਹੋਵੇਗੀ, ਚੜ੍ਹਦੀ ਕਲਾ ਹੋਵੇਗੀ। ਪਰ ਗਲਤ ਹੱਥਾਂ ਦੇ ਵਿੱਚ ਖੇਡਣ ਤੋਂ ਬਚੀਏ। ਕੌਮੀ ਮਸਲਿਆਂ ਦੇ ਉੱਪਰ ਪਾਰਟੀਬਾਜ਼ੀ, ਧੜੇਬੰਦੀ, ਜਥੇਬੰਦਕ ਸਿਸਟਮ ਤੋਂ ਉੱਪਰ ਉੱਠ ਕੇ ਗੁਰੂ ਗ੍ਰੰਥ ਗੁਰੂ ਪੰਥ ਦੇ ਨਾਲ ਖੜੀਏ। ਹਮੇਸ਼ਾ ਹੀ ਗੁਰੂ ਗ੍ਰੰਥ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਲੋਚਦੇ ਹਾਂ, ਅਤੇ ਕਦੇ ਇਹ ਨਹੀਂ ਪਿੱਛੇ ਮੁੜ ਕੇ ਦੇਖਿਆ ਵੀ ਇੰਨੇ ਦਿਨ ਜਾਂ ਇੰਨਾ ਚਿਰ ਹੋ ਗਿਆ ਘਰੋਂ ਆਇਆਂ ਨੂੰ, ਘਰ ਮੁੜਨਾ। ਤੁਹਾਡੇ ਨਾਲ ਸੀ, ਨਾਲ ਹਾਂ ਅਤੇ ਨਾਲ ਹੀ ਰਹਾਂਗੇ। ਪਰ ਮਾਫ਼ ਕਰਿਓ, ਅਸੀਂ ਰੁਪਿੰਦਰ ਜਸਵਿੰਦਰ ਵਰਗਿਆਂ ਨਾਲ ਸਟੇਜਾਂ ਨਹੀਂ ਸਾਂਝੀਆਂ ਕਰ ਸਕਦੇ, ਜਿਨ੍ਹਾਂ ਦੀਆਂ ਰੀੜ੍ਹ ਦੀਆਂ ਹੱਡੀਆਂ ਟੁੱਟ ਗਈਆਂ। ਮਹੀਨੇ ਕੁ ਬਾਅਦ ਰੀੜ੍ਹ ਦੀ ਹੱਡੀ ਠੀਕ ਹੋ ਗਈ, ਫਿਰ ਉਹ ਖਾਨੀ ਤੈਨੂੰ ਪਾਣੀ ਝਾਂਜਰ ਲੈ ਦਿਆਂਗੇ, ਖਾਨੀ ਕੜਾ ਲੈ ਦਿਆਂਗੇ, ਸੋਨੇ ਦਾ ਖਾਨੀ ਕਿਹੜੀ ਬਿੱਲੋ ਰਾਣੀ ਹੈ। ਫਿਰ ਉਹ 'ਤੇ ਉਹ ਡਾਂਸ ਕਰਨ ਲੱਗ ਜਾਂਦੇ ਆ, ਫਿਰ ਉਹਨਾਂ ਨੂੰ ਸਰਕਾਰ ਲਸੰਸੀ ਅਸਲੇ ਵੀ ਦੇ ਦਿੰਦੀ ਆ, ਫਿਰ ਸਰਕਾਰ ਉਹਨਾਂ ਨੂੰ ਆਰਥਿਕ ਤੌਰ 'ਤੇ ਕਿੰਨੇ ਕੁ ਜੁਝਾਰੂ ਬੰਦਿਆਂ ਨੂੰ ਸਰਕਾਰ ਨੇ ਆਰਥਿਕ ਮਦਦ ਕੀਤੀ ਆ। ਭਾਈ ਪ੍ਰਗਟ ਸਿੰਘ ਹੋਰੀ ਵੇਖ ਰਹੇ ਨੇ, ਹੋਰ ਭਾਈ ਬਿੰਦਰ ਸਿੰਘ ਹੋਰੀ, ਬੜੇ ਸਿੰਘ ਨੇ ਜਿਹੜੇ ਸੰਘਰਸ਼ ਨਾਲ ਕਿਸੇ ਨਾਲ ਸਿੱਧੇ ਜਾਂ ਸਿੱਧੇ ਰੂਪ 'ਚ ਜੁੜੇ ਹੋਏ ਨੇ। ਕਿੰਨਿਆਂ ਨੂੰ ਸਰਕਾਰੀ ਮਦਦਾਂ ਮਿਲੀਆਂ ਮੈਨੂੰ ਦੱਸਿਓ ਜ਼ਰਾ, ਇਹਨਾਂ ਨੂੰ ਕਿਵੇਂ ਮਦਦ ਮਿਲ ਗਈ? ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਜੇਲ੍ਹ ਕੱਟੀ ਆ ਦੋ ਵਾਰੀ, ਸਾਡੀ ਤਾਂ ਕਦੇ ਮਦਦ ਨਹੀਂ ਕੀਤੀ। ਇਹਨਾਂ ਨੂੰ 30-35 ਲੱਖ ਰੁਪਈਆ ਸਰਕਾਰਾਂ ਨੇ ਜਿਹੜਾ ਦਿੱਤਾ, ਕਾਂਗਰਸ ਸਰਕਾਰ ਨੇ ਦਿੱਤਾ, ਉਹਦਾ ਅਜੇ ਮੁੱਲ ਮੋੜ ਰਹੇ ਨੇ। ਉਹਦਾ ਮੁੱਲ ਮੋੜਦੇ ਆ ਹੀ ਇਹ ਜਿਹੜਾ ਆਪਣੇ ਸਿੱਖ ਸੰਪ ਸਿਧਾਂਤ, ਕਿਉਂਕਿ ਸਰੀਰਕ ਤੌਰ 'ਤੇ ਸਰਕਾਰ ਨੇ ਸਾਨੂੰ ਮਾਰ ਕੇ ਵੇਖ ਲਿਆ, ਅਸੀਂ ਉਹਨਾਂ ਦੇ ਮਾਰਿਆਂ ਮੁੱਕੇ ਨਹੀਂ। ਹੁਣ ਸਾਡੇ ਸਿਧਾਂਤ ਨੂੰ, ਸਾਡੀਆਂ ਪਰੰਪਰਾਵਾਂ ਨੂੰ, ਸਾਡੀਆਂ ਮਰਿਆਦਾ ਨੂੰ, ਸਾਡੀਆਂ ਰੋਹ ਰੀਤਾਂ ਨੂੰ ਠੇਸ ਪਹੁੰਚਾਉਣ ਦੇ ਲਈ ਇਹ ਵੱਡੇ ਪੱਧਰ 'ਤੇ ਲੱਗੇ ਹੋਏ ਨੇ। ਬੇਨਤੀ ਹੈ ਮੇਰੀ ਸਾਰੇ ਭਰਾਵਾਂ ਨੂੰ, ਸੁਚੇਤ ਹੋਈਏ, ਜਾਗ੍ਰਿਤ ਹੋਈਏ। ਗੁਰੂ ਗ੍ਰੰਥ ਸਾਹਿਬ ਮਾਨ ਸੱਚੇ ਪਾਤਸ਼ਾਹ ਸਮਰੱਥ ਨੇ, ਬਖਸ਼ਿਸ਼ ਕਰਨਗੇ। ਦੂਜੀ ਗੱਲ, ਜੇ ਸੰਘਰਸ਼ ਕਰਨਾ ਤਾਂ ਅੱਜ ਕਾਂਗਰਸ ਸਰਕਾਰ ਆ, ਜਿਵੇਂ ਆਪਾਂ ਉਦੋਂ ਮੈਂ ਵੀ ਤੁਹਾਡੇ ਨਾਲ ਸੀ, ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚੋਂ ਨਿਕਲਣਾ ਬੰਦ ਕਰਤਾ ਸੀ, ਸਾਰਾ ਕੁਛ ਕਰਤਾ ਸੀ, ਅਤੇ ਅੱਜ ਅਸੀਂ ਕਾਂਗਰਸ ਲੀਡਰਾਂ ਨਾਲ ਉਹ ਵਰਤਾਵਾ ਕਿਉਂ ਨਹੀਂ ਕਰਦੇ? ਸਾਡੀਆਂ ਕਾਂਗਰਸ ਦੇ ਨਾਲ ਸਾਡੇ ਬੰਦਿਆਂ ਦੀਆਂ ਜਿਹੜੇ ਮੋਰਚਿਆਂ 'ਚ ਬੈਠੇ ਉਹਨਾਂ ਦਾ ਕੀ ਸਾਂਝਾ ਨੇ? ਵੀ ਕਲਿਆਣ ਵੱਲ ਨੂੰ ਕਿਸੇ ਦਾ ਮੂੰਹ ਨਹੀਂ ਹੋ ਰਿਹਾ। ਸਿਰਫ ਅਤੇ ਸਿਰਫ ਮੈਨੂੰ ਲੱਗਦਾ ਵੀ ਭਾਈ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਅਜਨਾਲਾ ਵਾਲੇ ਉੱਥੇ ਗਏ ਨੇ, ਆਪਾਂ ਉਹਨਾਂ ਦੇ ਲਈ ਸੀਸ ਝੁਕਦਾ, ਉਹਨਾਂ ਨੂੰ ਜਿਹੜੀ ਉਹਨਾਂ ਨੇ ਕੀਤੀ ਆ ਜਾਂ ਕਰ ਰਹੇ ਨੇ ਜਾਂ ਭਵਿੱਖ ਦੇ ਵਿੱਚ ਕੌਮ ਲਈ ਕਰਨਗੇ। ਪੰਥ ਅਤੇ ਦਰਦ ਵਾਲੇ ਸਿੰਘ ਉੱਥੇ ਪਹੁੰਚੇ ਨੇ, ਪਰ ਸਰਕਾਰਾਂ ਨਾਲ ਸਾਂਝ ਰੱਖਣ ਵਾਲੇ ਬੰਦੇ ਦਾ ਮੂੰਹ ਕਦੇ ਵੀ ਕਲਿਆਣ ਵੱਲ ਨਹੀਂ ਹੋਵੇਗਾ, ਕਿਉਂਕਿ ਜਿਨ੍ਹਾਂ ਨਾਲ ਉਹਨਾਂ ਦੀਆਂ ਸਾਂਝਾਂ ਨੇ ਉਹ ਉਹਨਾਂ ਨੂੰ ਕਦੇ ਟਾਰਗੇਟ ਨਹੀਂ ਹੋਣ ਦੇਣਗੇ। ਜਿਹੜੇ ਕਾਂਗਰਸ ਦੇ ਖਿਲਾਫ ਸੰਘਰਸ਼ ਹੋ ਸਕਦੇ ਨੇ ਉਹਨਾਂ ਦਾ ਮੂੰਹ ਹਮੇਸ਼ਾ ਪੰਥ ਵੱਲ ਨੂੰ ਰੱਖਣਗੇ। ਆਪਸੀ ਜਿਹੜਾ ਸਿੱਖਾਂ ਦੀਆਂ ਸੰਸਥਾਵਾਂ, ਸੰਪਰਦਾਵਾਂ, ਗੁਰੂ ਘਰ ਦੀਆਂ ਰੋਹ ਰੀਤਾਂ ਨੇ, ਉਹਨਾਂ ਨੂੰ ਠੇਸ ਪਹੁੰਚਾਉਣ ਵੱਲ, ਉਹਨਾਂ ਨੂੰ ਫੇਲ ਕਰਨ ਵਾਲਾ, ਉਹਨਾਂ ਨੂੰ ਖਤਮ ਕਰਨ ਵੱਲ ਰਹਿਣਗੇ। ਪੰਥ ਨੂੰ ਪਿਆਰ ਕਰਨ ਵਾਲੇ, ਗੁਰੂ ਗ੍ਰੰਥ ਨੂੰ ਪਿਆਰ ਕਰਨ ਵਾਲੇ ਕਦੇ ਧੜੇਬੰਦੀਆਂ 'ਚ ਨਹੀਂ ਪੈਂਦੇ। ਜਿਹੜੇ ਬੰਦੇ ਇੱਕ ਧਿਰ ਨੂੰ ਬਿਲਕੁਲ ਸੁਰਖਰੂ ਕਰ ਰਹੇ ਨੇ, ਮੈਂ ਨਹੀਂ ਕਹਿੰਦਾ ਵੀ ਦੂਜੀ ਧਿਰ ਸਹੀ ਆ, ਉਹਦੇ ਵਿੱਚ ਵੀ ਗਲਤੀਆਂ ਨੇ, ਉਹਦੇ ਵਿੱਚ ਵੀ ਘਾਟਾਂ ਨੇ। ਮੈਂ ਤੁਹਾਡੇ ਨਾਲ ਖੁਦ ਸਹਿਮਤ ਹਾਂ, ਮੈਂ ਖੁਦ ਪੀੜਤ ਹਾਂ, ਮੈਂ ਖੁਦ 12-13 ਪਰਚੇ ਉਹ ਸਰਕਾਰ ਦੇ ਸਮੇਂ 'ਚ ਕਰਵਾਏ ਨੇ। ਪਰ ਮੇਰੀ ਵੀਰਾਂ ਨੂੰ ਇੱਕ ਬੇਨਤੀ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੇਖਾ ਦੇਣਾ ਵੀਰੋ, ਸੱਚ ਦੀ ਗੱਲ ਕਰੋ, ਸੱਚ 'ਤੇ ਆ ਕੇ ਖੜੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਵੀ ਸਾਡਾ ਹੀ ਸੀ, ਉਹ ਵੀ ਸਾਡਾ ਹੀ ਗੁਰੂ ਸੀ ਜਿਹੜਾ ਕਲਿਆਣ ਤੋਂ ਸਰੂਪ ਚੋਰੀ ਹੋਇਆ, ਉਹਦੇ ਬਾਰੇ ਸਾਜਿਸ਼ਮਈ ਤਰੀਕੇ ਨਾਲ ਚੁੱਪ ਨਾ ਹੋਵੋ। ਉਹ ਸੰਘਰਸ਼ ਤੋਂ ਕੌਮ ਨੂੰ ਗੁੰਮਰਾਹ ਕਰਨ ਦੇ ਲਈ ਆਪਣੀਆਂ ਜਿਹੜੇ ਤੋਪਾਂ ਦੇ ਮੂੰਹ ਨੇ ਉਹ ਆਪਣੀਆਂ ਸੰਸਥਾਵਾਂ ਅਤੇ ਆਪਣੀਆਂ ਸੰਪਰਦਾਵਾਂ ਵੱਲ ਨਾ ਕਰੋ, ਤਾਂ ਕਿ ਤੁਹਾਨੂੰ ਪਾਲਣ ਵਾਲੀ ਕਾਂਗਰਸ ਦੇ ਵੱਲ ਕਿਸੇ ਦਾ ਧਿਆਨ ਨਾ ਜਾਵੇ, ਤਾਂ ਕਿ ਤੁਹਾਨੂੰ ਕਾਂਗਰਸ ਦੇ ਖਿਲਾਫ ਬੋਲਣਾ ਨਾ ਪਵੇ।
ਕੌਮ ਨੂੰ ਗੁੰਮਰਾਹ ਕਰਨਾ ਬੰਦ ਕਰੋ। ਹਨੇਰੇ ਦਿਨੇ ਧਰਨੇ ਲਾਈ ਜਾਂਦੇ ਹੋ, ਖੂਨ ਵਹਾ ਦਾਂਗੇ, ਉਹ ਕਰ ਦਾਂਗੇ, ਖੂਨ ਦਾ ਜਾਨ ਵਾਰ ਦਿਆਂਗੇ। ਰਾਤ ਨੂੰ ਅਕਾਲੀ ਦਲ ਦੇ ਲੀਡਰਾਂ ਨਾਲ ਮੀਟਿੰਗਾਂ ਕਰੀ ਜਾਂਦੇ ਹੋ, ਕੀ ਫਾਇਦਾ? ਬੇਅਦਬੀਆਂ ਦੇ ਦੋਸ਼ੀ ਖੁਦ ਸੰਘਰਸ਼ ਦੀ ਅਗਵਾਈ ਕਰਦੇ ਨੇ। ਮੈਂ ਤੁਹਾਨੂੰ ਖੁਦ ਕਹਿਣਾ ਵੀ ਮੈਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਹਾਂ, ਜਦੋਂ ਰੁਪਿੰਦਰ ਜਸਵਿੰਦਰ ਉੱਠ ਖੜ੍ਹੇ ਉਹ ਤੋਂ 5 ਮਿੰਟਾਂ ਬਾਅਦ ਮੈਂ ਤੁਹਾਡੇ ਕੋਲ ਆ ਕੇ ਬਹਿ ਜੂੰਗਾ। ਅਤੇ ਤੁਹਾਡੇ ਨਾਲ ਇਹ ਵੀ ਇੱਕ ਵਾਅਦਾ ਕਰਦਾ ਵੀ ਸੰਗਤ ਦੇ ਜਥੇ ਵੀ ਚਾਹੇ ਸਾਨੂੰ 200 ਕਿਲੋਮੀਟਰ ਪੈਂਦਾ, ਅਸੀਂ ਉੱਥੋਂ ਵੀ ਲੈ ਕੇ ਆਇਆ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।